हाँ जी किसान वीरो स्वागत है तुहाडा अपने यूट्यूब चैनल बावा डेयरी फार्म दे उत्ते। जी अज दी वीडियो विच आपां सत्त नग सेल लई लैके आए जी। दो हीपर बच्चियां ने जी, तीन गब्बण बच्चियां ने ते इक ताजी सूण वाली बैड आ बई। ते जिहड़े वीरां ने हले तक अपने चैनल नूं सबसक्राइब नहीं कीता, बेनती है चैनल नूं सबसक्राइब कर लो ते नाल लग्गिया घंटी दा बटन प्रेस कर लो जी, तां कि हर इक आउण वाली नवीं वीडियो दा नोटिफिकेशन सब तो पहला तुहाडे तक पहुँच सके जी। जे कोई भीर मेरी वीडियो बनवानी चाहता है मेरे नाल कनैक्ट कर लो, कॉन्टैक्ट नंबर नोट करो 8146615312 जी। आओ पुछ लैने भाई डिटेल अज भाई जी। भाई जी सताल सताल जी, होर भाई ठीक हो? वधिया चढ़ती कलाई भाई। नाम ते एड्रेस बोल दो। नाम भाई धर्मेंद्र सिंह, पिंड संधू कलां, जिला बरनाला, तहसील तपा जी। नेड़े पिंड भाई? पधौड़ आ गया जी। ठीक है भाई, मोबाइल नंबर बोल दो। 6802 1844। ठीक है भाई। भाई जी पहले नंबर ते बच्ची देखदे किन्नी उम्र है भाई जी? झोली सही गल बहुत चंगी है। ठीक है, ठीक है भाई। फेस ब्यूटी करन वाली चंगी है, बॉडी बूडी चंगी है, 4116 दी बच्ची है वीरे, डेनमार्क दी। ठीक है वीरे। ਮਾਂ ਦਾ ਦੁੱਧ ਕੀ ਸੀ? ਮਾਂ ਦਾ ਮਿਲਕ ਰਿਕਾਰਡ ਹੈਗਾ ਜੀ 35-36 ਕਿਲੋ ਦਾ। ਠੀਕ ਹੈ ਬਾਈ। ਹਾਂਜੀ ਹਾਂਜੀ, ਮਾਂ ਦਾ ਮਿਲਕ ਰਿਕਾਰਡ ਵੀ ਚੰਗਾ ਬਾਈ, ਚੰਗੇ ਸੀਵਣ ਦੀ ਹੈ, ਚੰਗੀ ਆ ਬੱਚੀ ਬਾਈ, ਸਮੀ ਪਲੀ ਆ, ਰਾਜੀ ਆ ਤੇ ਹਾਈਟ ਹੂਟ ਠੀਕ ਆ। ਟੀਕਾ ਤਕਰੀਬਨ ਲੈ ਜੂ ਮਹੀਨੇ ਤੱਕ, ਜਨਵਰੀ ਚ ਦੇ ਲੈ ਜੂ ਬਾਈ। ਲੈ ਜੂ ਬਾਈ, ਮਹੀਨੇ ਤਾਈਂ ਸੀਵਣ ਲੈ ਜੂ। ਮੁੱਲ ਕੀ ਹੈ ਵੀਰੇ ਦਾ? ਮੁੱਲ ਡਾਕਟਰ ਕਰਾਉਣ ਨੂੰ ਚਾਹੇ 28 ਕਰਾਲਾ 27 ਕਰਾਲਾ, ਆਪਾਂ 25,000 ਦੀ ਹਾਂ ਨਾ ਦੇਣੀ ਆ ਬੱਚੀ। ਠੀਕ ਆ ਬਾਈ। ਪੈਟ ਪੂੜਾ ਦੇਖ ਲਓ, ਥੱਲੇ ਝੋਲੀ ਦੇਖੋ ਬੱਚੀ। ਝੋਲੀ ਤਾਂ ਬਾਈ ਕਮਾਲ ਦੀ ਹੈਗੀ, ਸਨੋਮੈਨ ਦਾ ਬੱਚਾ ਹੈਗਾ। ਮਾਂ ਦਾ ਮਿਲਕ ਰਿਕਾਰਡ 42 ਕਿਲੋ ਦਾ ਹੈਗਾ। ਠੀਕ ਹੈ, ਫੇਸ ਬਹੁਤ ਚੰਗਾ ਹੈ ਨਾ, ਬੋਦੀ ਬੋਦੀ, ਮੈਂ ਕਹਿੰਦਾ ਕਮਾਲ ਆ ਬਾਈ, ਤੇ ਚੰਗੀ ਆ ਬੱਚੀ। ਖੀਰੀ ਆ ਜਮਾ, ਕੱਚੀ ਖੀਰੀ। ਠੀਕ ਹੈ ਬਾਈ, ਠੀਕ ਹੈ। ਦੰਦਾਂ ਚ ਬਈ ਜਮਾ ਖੀਰੀ ਆ, ਕੱਚੀ ਖੀਰੀ ਆ, ਫੇਸ ਕਰਮ ਵਾਲੀ ਦਾ ਬਹੁਤ। ਬੰਦਾ ਆਪਾਂ ਨੂੰ ਜਿਹੜਾ ਜਮਾ ਸਿਰੇ ਦਾ ਠਰਕੀ ਹੈਗਾ, ਉਹ ਫੋਨ ਲਾਵੇ ਇਹਨੂੰ ਲੈਣ ਵਾਸਤੇ। ਮੁੱਲ ਆਪਣਾ ਪੂਰਾ ਫੁੱਲ ਹੋਣਾ। ਠੀਕ ਆ, ਇਹ ਨਹੀਂ ਹੋਣਾ ਵੀ 20,000 ਦੀ ਜਾਂ 40,000 ਦੀ ਵੱਛੀ ਦੇ ਦਾਂਗੇ ਆਪਾਂ ਇਹ। ਠੀਕ ਆ, ਮੁੱਲ ਜਮਾ ਸਿਰੇ ਵਾਲਾ ਹੋਊਗਾ, ਰੱਜ ਕੇ ਰੁਪਈਏ ਲਾਵੇ, ਰੱਜ ਕੇ ਰੁਪਈਏ ਲਾਉਣ ਵਾਲਾ ਹੋਊ ਜਿਹੜਾ ਬੰਦਾ, ਉਹ ਕਾਲ ਕਰੇ ਆਪਾਂ ਨੂੰ ਤੇ ਨਹੀਂ ਆਪਾਂ ਨੂੰ ਕੋਈ ਚਾਹਨਾ ਨਹੀਂ ਗੀ ਵੇਚਣ ਦੀ ਫਿਰ। ਠੀਕ ਆ ਬਾਈ, ਠੀਕ ਠੀਕ ਠੀਕ, ਚੰਗੀ ਆ ਬਾਈ। ਕਹਿੰਦਾ ਹੀਟ ਵੱਛੀ ਪਰਸੋਂ ਕੱਢ ਗਈ, ਵਲੱਡ ਦੇ ਗਈ। ਠੀਕ ਆ, ਥੱਲੇ ਝੋਲੀ ਦਿਖਾ ਦੇਵਾਂਗੇ ਪਕੜਾ। ਮੈਂ ਕਹਿੰਦਾ ਬਈ ਸਮੀ ਪਲੀ ਰਾਜੀ ਰੂਜੀ ਫੁੱਲ ਆ, ਵੱਡੇ ਕੱਦ ਕਾਠ ਦੀ ਆ, ਫੇਸ ਬਿਊਟੀ ਕਰਮ ਵਾਲੀ ਦੀ, ਪ੍ਰਿੰਟ ਪ੍ਰੁੰਟ ਕਿਸੇ ਪਾਸੋਂ ਬਈ ਕੋਈ ਗਾਣ ਲੈ, ਖੜਨੀ ਚੈੱਕ ਕਰ ਲਓ ਬੱਚੀ ਦੀ, ਖੜਨੀ ਖੁੜਨੀ ਬਹੁਤ ਚੰਗੀ ਆ, ਜਿਆਦਾ ਸੋਹਣਾ ਸਟਰਕਚਰ ਆ ਬੱਚੀ ਦਾ। ਹਾਂ, ਪਿੱਟ ਪੁੜਾ ਬਹੁਤ ਚੰਗਾ, ਝੋਲੀ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂ, ਝੋਲੀ ਬੰਨ ਕੇ ਦਿਖਾਵਾਂਗੇ, ਬੰਨ ਕੇ ਦਿਖਾ ਦੇ, ਕੋਈ ਨਹੀਂ ਬਾਈ। ਫੇਸ ਫੂਸ ਬਈ ਬਹੁਤ ਚੰਗਾ, ਜਿਹੜਾ ਬੰਦਾ ਜਮਾ ਰਜਮੇ ਲਾਉਣ ਵਾਲਾ ਹੋਇਆ ਉਹ ਕਾਲ ਕਰੇ ਇਹਦੇ ਵਾਸਤੇ ਬੱਚੀ। ਠੀਕ ਆ ਬਾਈ, ਠੀਕ 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 ਠੀਕ। ਜੇ ਕੋਈ ਵੀਰ ਚੰਗੀ ਬਰੀਡ ਤੇ ਕੰਮ ਕਰਨਾ ਬੱਚੀ ਬਾਈ, ਜਮਾ ਸੋਨੇ ਦਾ ਕੰਠ ਹੈਗਾ। ਸਹੀ ਗੱਲ ਹੈ ਬੱਚੀ, ਕਹਿਣ ਵਾਲੀ ਨਹੀਂ ਹੈਗੀ। ਜਮਾ ਕੋਕਾ ਪੀਸ ਆ ਬੱਚੀ, ਲੰਬਾਈ ਲੰਬੂਈ ਦੇਖੋ ਬਾਈ, ਤੇ ਝੋਲੀ ਕਰਮ ਵਾਲੀ ਦੀ ਕਮਾਲ ਦੀ ਝੋਲੀ ਆ ਬਈ ਲੈ, ਚਾਰੇ ਥਣ ਨਿਕੜਵੇਂ, ਕੱਲਾ ਕੱਲਾ ਥਾਣਾ ਬਈ ਲੈ, ਕਿਸੇ ਪਾਸੋਂ ਚੜਾਈ ਵਾਲਾ ਲੇਵਾ ਕੱਢਣਾ ਬਾਈ ਬੱਚੀ ਨੇ। ਸਹੀ ਗੱਲ ਹੈ ਵੀਰੇ, ਥਣ 4 ਨਿਕੜਵੇਂ, ਮੁੱਲ ਫਿਰ ਫੋਨ ਤੇ ਕਰਦੀ ਅੰਦਰ ਬਾਹਰ ਦੀ ਸਾਰੀ ਫੁੱਲ ਗਰੰਟੀ ਹੋਊਗੀ, ਬੰਦਾ ਆਨਲਾਈਨ ਲੈ ਲੇ ਚਾਹੇ ਵਧਾ ਕੇ ਪਰਚੇਜਿੰਗ ਕਰ ਲੇ। ਠੀਕ ਹੈ ਵੀ, ਇਹ ਜਿਹੜਾ ਬੰਦਾ ਰਜਮੇ ਲਾਉਣ ਵਾਲਾ ਹੋਇਆ ਉਹ ਆਪਣੇ ਨਾਲ ਕਾਲ ਕਰ ਲੇ ਇਹਦੇ ਵਿੱਚ। ਠੀਕ ਹੈ ਬਾਈ, ਮੁੱਲ ਦਾ ਫੋਨ ਤੇ ਹੋਣਾ। ਓਕੇ ਬਾਈ, ਅੱਗੇ ਵੀਰੇ 3 ਨੰਬਰ ਤੇ ਗੱਬਣਾ ਵੀਰੇ, ਗੱਬਣ ਆ ਗਈ ਬਾਈ, ਕਿੰਨੇ ਟਾਈਮ ਦੀ? 4 ਮਹੀਨਿਆਂ ਦੀ ਚੈੱਕ ਪਾਸ ਆ ਬੰਦਾ, ਜਿਹੜਾ ਕੋਈ ਲੈ ਆਊਗਾ ਆਪਦੀ ਡਾਕਟਰ ਚਾਹੇ ਨਾਲ ਲੈ ਕੇ ਆਵੇ। ਠੀਕ ਹੈ ਬਾਈ, ਤਸੱਲੀ ਕਰਕੇ ਫੇਰ ਲੈ ਕੇ ਜਾਵੇ ਬੱਚੀ ਆਪਣੇ ਕੋਲ। ਠੀਕ ਠੀਕ ਠੀਕ, ਮੂੰਹ ਤੋਂ 2 ਦੰਦਾਂ ਰੇਜ ਨਾਲ, ਮੂੰਹੋਂ 2 ਦੰਦਾਂ, ਜਿਹੜੀ ਗੱਲ ਕਹਿਤੀ ਉਹੀ ਹੋਊਗੀ, ਬੱਚੀ ਖੁੱਲੀ ਆਈ ਆ ਫਾਰਮ ਚੋਂ, ਮਸਤੀ ਜ਼ਰੂਰ ਕਰੂਗੀ, ਧੱਕਾ ਕਰੂਗੀ ਬਾਈ। ਹਾਂ, ਚੰਗੀ ਆ ਬੱਚੀ ਬਾਈ, ਸਮੇਂ ਪਈ ਆ, ਜਮਾ ਖੁੱਲੀ ਦੀ ਵੀਡੀਓ ਬਾਈ ਆਪਣੇ ਕੋਲ ਹੈਗੀ ਆ। ਠੀਕ ਆ, ਦੇਖਣੀ ਬੰਦਾ ਚਾਹੇ ਦੇਖਾ ਵੀ ਦੇਵਾਂਗੇ ਆਪਾਂ। ਠੀਕ ਹੈ ਨਾ, ਐਰ ਸ਼ਹਿਰ ਚ, ਐਰ ਸ਼ਹਿਰ ਦੀ ਵੱਛੀ ਹੈਗੀ। ਠੀਕ ਆ, ਬਿਰਕੈਰ ਸ਼ਹਿਰ ਫਾਰਮ ਆਲਾ ਤੋਂ ਬਾਈ ਸੀਮਨ ਲਗਿਆ ਸੀ ਐਰ ਸ਼ਹਿਰ ਦਾ। ਠੀਕ ਆ, ਉਸ ਗਾਂ ਦੀ ਵੱਛੀ, ਉਹ ਸੀਮਨ ਦੀ ਵੱਛੀ ਹੈਗੀ। ਠੀਕ ਆ, ਤੇ ਮਿਲਕ ਰਿਕਾਰਡ ਵੀਰੇ ਫਸਟ ਲਿਟੇਸ਼ਨ ਬੰਦਿਆਂ ਦਾ ਕਹਿਣਾ ਵੀ 32 ਕਿਲੋ ਤੋਂ ਸਟਾਰਟਿੰਗ ਹੈਗੀ ਆਪਣੀ, 32 ਕਿਲੋ ਤੋਂ ਸਟਾਰਟਿੰਗ ਹੈ। ਠੀਕ ਆ, 3-4 ਕ ਗਾਵਾਂ ਨੇਗੀ ਉਹਨਾਂ ਦੀਆਂ ਚੰਗੀਆਂ। ਤੇ 32 ਕਿਲੋ ਸਟਾਰਟਿੰਗ ਫਸਟ ਟਾਈਮਰ ਦੀ ਹੈਗੀ। ਖੜਨੀ ਖੁੜਨੀ ਵੱਛੀ ਦੀ, ਜਿੰਗਰ ਵੜ ਵੜ ਦੇ ਤੋਂ ਗੱਬਣ ਹੈ। ਠੀਕ ਆ ਬਾਈ, ਖੜਨੀ ਖੁੜਨੀ ਬਹੁਤ ਚੰਗੀ ਹੈ ਨਾ ਵੱਛੀ ਦੀ, ਬਹੁਤ ਸੋਹਣਾ ਪਿੱਠ ਫੁੜਾ ਬਾਈ, ਗੋਲ ਗੋਲ ਪਿੱਠ ਫੁੜਾ, ਬਾਕੀ ਝੋਲੀ ਜ਼ਰੂਰ ਦਿਖਾਉ, ਕਮਾਲ ਦੀ ਆ ਝੋਲੀ ਲੈ, ਚਾਰੇ ਪਾਸੇ ਬਾਈ ਗੋਲ ਪਈ ਆ ਵੱਛੀ ਦੀ, ਕੋਈ ਘਾਟ ਨਹੀਂ ਲੈ, ਠੰਡੀ ਠੰਡੀ ਵੀ ਪੂਰੀ ਆ ਬਈ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਖੁੱਲੀ ਕਰਕੇ ਮੂੰਹ ਕੋਈ ਦਿੱਕਤ, ਮੂੰਹ ਕੋਈ ਦਿੱਕਤ, ਮੂਹਰਲੇ ਪਾਸੇ ਦਿਖਾ ਦਿਓ, ਮੂਹਰਲੇ ਪਾਸੇ ਦਿਖਾਣੇ ਬਈ, ਆ ਲੈ ਬਈ।
ਮੈਂ ਕਹਿੰਦਾ ਕਮਾਲ ਦਾ ਕੰਮ ਚਾਰ ਹੀ ਆ ਨਿਖੜਵੇਂ ਆਏ ਨਹੀਂ ਵੋਟਾਂ ਹੀ ਹੋਣ ਸਹੀ ਗੱਲ ਆ ਬਾਈ ਤੇ ਮੁੱਲ ਕੀ ਰਹੂ ਵੀਰੇ ਦਾ ਮੁੱਲ ਕਰਾਉਣ ਨੂੰ ਡਾਕਟਰ 60,000 ਕਰਾ ਲੇ ਬੰਦਾ ਪਰ 55,000 ਦੀ ਹਾਂ ਤੇ ਨਾ ਦੇਣੀ ਆ ਬੱਚੀ ਠੀਕ ਆ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ 60 ਕਰਾ ਲਓ 55,000 ਦੀ ਆਪਾਂ ਬੱਚੀ ਦੇਣੀ ਆ ਚੰਗੀ ਆ ਬਾਈ ਬੱਚੀ ਵਾਕਈ ਸਮੀ ਬੜੀ ਆ ਰਾਜੀ ਰੂਜੀ ਬਹੁਤ ਆ ਬਾਈ ਤੇ ਪ੍ਰਿੰਟ ਪ੍ਰੂੰਟ ਤਾਂ ਚੰਗਾ ਹੈਗਾ ਹੀ ਆ ਤੇ ਝੋਲੀ ਵੀ ਕਮਾਲ ਦੀ ਹੈਗੀ ਕਰਮ ਵਾਲੀ ਦੀ ਚੰਗੀ ਆ ਬਾਈ ਬੱਚੀ ਅੱਗੇ ਵੀਰੇ 4 ਨੰਬਰ ਤੇ ਵੀ ਗੱਬਣ ਆ ਵੀਰੇ ਇਹ ਵੀ ਗੱਬਣ ਆ ਜੀ ਕਿੰਨੇ ਟਾਈਮ ਦੀ ਆ ਬਾਈ ਇਹ ਡਾਕਟਰ 6.5 ਮਹੀਨਿਆਂ ਦੀ ਗੱਬਣ ਠੀਕ ਆ ਬਾਈ ਮੂੰਹ 4 ਦਾ ਰਹੀ ਨਾਲ ਹਾਂ ਮਾਂ ਦਾ ਦੁੱਧ ਬਾਈ ਇੱਕੇ ਫਾਰਮ ਚੋਂ ਗਾਂ ਦੇ ਨਾਲ ਹੀ ਆਈ ਆ ਇਹ ਓਕੇ ਹਾਂ ਠੀਕ 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 ਚੰਗੀ ਆ ਬਾਈ ਬੱਚੀ ਤੋਂ ਬਾਕੀ ਝੋਲੀ ਝੋਲੀ ਬਹੁਤ ਆ ਬੱਚੀ ਥੱਲੇ ਠੀਕ ਆ ਫੇਸ ਬਹੁਤ ਚੰਗਾ ਪ੍ਰਿੰਟ ਚੰਗਾ ਇਹ ਵੀ ਰਾਜੀ ਰੂਜੀ ਬਹੁਤ ਆ ਹਨਾ ਬਾਈ ਤੇ ਚੰਗੀ ਆ ਹਾਈਟ ਹੂਟ ਚੰਗੀ ਝੋਲੀ ਝੋਲੀ ਚੰਗੀ ਖੋਲਣੀ ਆ ਬਾਈ ਮੈਂ ਕਹਣਾ ਕਮਾਲ ਦਾ ਆਰਡਰ ਤਿਆਰ ਕਰੂਗੀ ਕਿਉਂਕਿ ਖੁੱਲੀ ਆਈ ਕਰਕੇ ਥੋੜੀ ਦਿੱਕਤ ਜ਼ਰੂਰ ਮੰਨਦੀ ਹੈਗੀ ਠੀਕ ਹੈ ਵੀਰੇ ਹਾਂ ਠੀਕ 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 ਚੰਗ ਇਹ ਕਿਹੜੇ ਸੀਮਨ ਦੀ ਤੁਹਾਨੂੰ ਇਹਦਾ ਡਾਕਟਰ ਆਪਾਂ ਨੂੰ ਪਤਾ ਨਹੀਂ ਅਰਮਾਡਾ ਤੋਂ ਗੱਬਣ ਹੈਗੀ ਜਿਹੜੀ ਗੱਲ ਆ ਓਕੇ ਗੱਬਣ ਅਰਮਾਡਾ ਤੋਂ ਇਹਦੇ ਸੀਮਨ ਦੀ ਨਹੀਂ ਜਾਂਚ ਆਪਾਂ ਨੂੰ ਹੈਗੀ ਵੀ ਕਿਹੜੇ ਦੀ ਹੈਗੀ ਹਾਂ ਠੀਕ ਹੈ ਬਾਈ ਤੂਰਾ ਤੂਰਾ ਬਾਈ ਬੱਚੀ ਦਾ ਫੁੱਲ ਚੰਗਾਗਾ ਵੱਡੇ ਢਾਂਚੇ ਦੀ ਆ ਤੇ ਆਰਡਰ ਬਹੁਤ ਸੋਹਣਾ ਕਰਮ ਵਾਲੀ ਤਿਆਰ ਕਰੂ ਕਿਉਂਕਿ ਜਿਹੜੀ ਸਟਾਰਟਿੰਗ ਆਰਡਰ ਦੀ ਇਹਨੇ ਸ਼ੁਰੂ ਕਰਤੀ ਬਾਈ ਕਮਾਲ ਦਾ ਇਹਨੇ ਢੱਲਾਂ ਢੁੱਲਾਂ ਪਾ ਰੱਖੀਆਂ ਨੇ ਬਾਕੀ ਨੇੜੇ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਇੱਕ ਵਾਰੀ ਆ ਦੇ ਸਾਹ ਕਮਾਲ ਦਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਥੋੜਾ ਜਿਹਾ ਬਾਈ ਕੈਮਰੇ ਤੋਂ ਜਗਦੀ ਆ ਦੇ ਸਾਹ ਬਾਈ ਝੋਲੀ ਕਮਾਲ ਦੀ ਡਾਕਟਰ ਨਿਖੜਵੇਂ ਗਿਆ ਤੇ ਫੋਟੋ ਕਮਾਲ ਦਾ ਥਾਣਾ ਬਾਈ ਬੱਚੀ ਡਰਦੀ ਆ ਕੈਮਰੇ ਤੋਂ ਇਹਦਾ ਮੁੱਲ ਵੀਰੇ ਮੁੱਲੇ ਦਾ ਡਾਕਟਰ 55,000 ਇਹ 55,000 ਦੀ ਬੱਚੀ ਆਪਾਂ ਦੇਣੀ ਆ ਠੀਕ ਆ ਬਾਈ ਠੀਕ 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 ਅੱਗੇ ਵੀਰੇ 5 ਨੰਬਰ ਵਾਲੀ ਚੋੜੀ ਚੋੜੀ ਬਹੁਤ ਆ ਪਲੀ ਵੀ ਬਹੁਤ ਆ ਬਾਕੀ ਝੋਲੀ ਚ ਵਲਬਲ ਬਹੁਤ ਆ ਗਈ ਹਾਂ ਬਲਟ ਲੰਬਾ ਕਮਾਲ ਪੱਟੀ ਵੀ ਆ ਗਈ ਫੁੱਲ ਸਟਾਰਟ ਆ ਗੱਦਾ ਪੂਰਾ ਪੱਟਿਆ ਆ ਬਾਈ ਅੱਗੇ ਵੀਰੇ 5 ਨੰਬਰ ਤੇ ਇਹ ਵੀ ਡਾਕਟਰ ਤੋਂ 4 ਦਾ ਆਂਦਾ ਹੈਗੀ ਠੀਕ ਆ 6.5 ਮਹੀਨੇ ਦੀ ਗੱਬਣਾ ਕੰਪਲੀਟ ਠੀਕ ਆ ਬਾਈ ਤੇ ਮਾਂ ਦਾ ਦੁੱਧ ਤਸੱਲੀ ਜਿਹੜੇ ਨੇ ਕਰਾਉਣੀ ਹੈਗੀ ਡਾਕਟਰ ਪੈਂਦਾ ਆਪਦਾ ਨਾਲ ਲਿਆਵੇ ਲੰਬਾ ਆਪਾਂ ਕੋਈ ਨਹੀਂ ਲੈਣਾ ਬਾਅਦ ਦੇ ਵਿੱਚ ਓਕੇ ਬਾਈ ਠੀਕ 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 ਚੰਗੀ ਆ ਬੱਚੀ ਰਾਜੀ ਅੱਛਾ ਦੇਖ ਲਓ ਖੜਨ ਦਾ ਹਾਂ ਖੜਨੀ ਖੁੜਨੀ ਚੈੱਕ ਕਰੋ ਇਹ ਵੀ ਦਾ ਢਾਂਚਾ ਦੇਖ ਲਓ ਬੱਚੀ ਦਾ ਹਾਂ ਸਹੀ ਗੱਲ ਆ ਬਾਈ ਤੇ ਫੇਸ ਫੂਸ ਵੀ ਬਹੁਤ ਚੰਗਾ ਬਾਈ ਪ੍ਰਿੰਟ ਪ੍ਰਿੰਟ ਚੰਗਾ ਸਮੀ ਪਲੀ ਆ ਝੋਲੀ ਦੇਖੋ ਬਾਈ ਕਮਾਲ ਦੀ ਗੱਦੀ ਪੱਟੀ ਵੀ ਆਰਡਰ ਇਹ ਵੀ ਸੋਹਣਾ ਤਿਆਰ ਕਰੂਗੀ ਇਹਦੀ ਮਾਂ ਦਾ ਕਿੰਨਾ ਦੁੱਧ ਸੀ ਬਾਈ ਡਾਕਟਰ ਇਹਦਾ ਸੀਗਾ 34-35 ਕਿਲੋ ਦਾ ਠੀਕ 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 ਢੱਲਾਂ ਢੁੱਲਾਂ ਬਾਈ ਬਹੁਤ ਪਈਆਂ ਸਾਰੀਆਂ ਬਲ ਢੱਲਾਂ ਕੱਢੂਗੀ ਕਰਮਾ ਦੀ ਸਾਡੇ ਸ਼ਹਿਰ ਦੀ ਇਹ ਹੈਗੀ ਗੱਬਣ ਚੈੱਕ ਕਰਾ ਕੇ ਬੰਦਾ ਲੈ ਜੇ ਥਾਣ ਬਹੁਤ ਚੰਗਾ ਬਾਕੀ ਆ ਦੇਖੋ ਥਾਣ ਮੋਟੇ ਮੋਟੇ ਲੱਗੇ ਆ 4 ਸਹੀ ਗੱਲ ਆ ਬਾਕੀ ਆ ਹੁਣ ਤੁਸੀਂ ਐ ਦੇਖ ਲਓ ਜਿਹੜੀ 6.5 ਮਹੀਨੇ ਦੀ ਬੱਚੀ ਆ ਗੱਦੀ ਚੱਕੀ ਫਿਰਦੀ ਆ ਹਾਂ ਚੰਗੀ ਰੈਡੀ ਹੋ ਗਈ ਬੱਚੀ 27-28 ਕਿਲੋ ਦੁੱਧ ਨਾਰਮਲ ਚਵਾ ਦੂ ਠੀਕ ਆ ਬਾਈ ਮੁੱਲ ਬਾਈ ਹੁਣ ਅੱਜ ਦੀ ਘੜੀ ਇਹਦੇ ਮੁੱਲ ਇਹ ਵੀ ਡਾਕਟਰ 55,000 ਦੀ ਦੇ ਦਾਂਗੇ ਮਾਨ ਤਣ ਵਿੱਚੋਂ ਜਾਇਜ਼ਾ ਕਰ ਦਾਂਗੇ ਠੀਕ ਆ ਬਾਈ ਅੱਗੇ ਵੀਰੇ 6 ਨੰਬਰ ਤੇ ਕੀ ਕਿਹੜਾ ਸੂਆ ਸੁਣਦੀ ਹੈ ਵੀਰੇ ਇਹ ਡਾਕਟਰ 6 ਦਾ ਆਂਦਾ ਕੀ ਦੂਜਾ ਸੂਆ ਰੀਜਨਲ ਸੁਣਦੀ ਹੈ ਕੀ ਵੈੜ ਠੀਕ ਹੈ ਕਿੰਨੇ ਕਿਦਾਂ ਫਾਰਮ ਦੀ ਵੈੜ ਆ ਵੀਡੀਓ ਆਪਣੇ ਕੋਲੇ ਬੈਦ ਫਾਰਮ ਦੀ ਹੈਗੀ ਹੈਗੀ ਹਾਂ 12 ਦਿਨ ਇਹਦੇ ਬਾਕੀ ਹੈਗੇ 12 ਦਿਨ ਲੈਂਦੀ ਹੈ ਹਾਂ ਠੀਕ ਹੈ ਕੀ ਰਿਕਾਰਡ ਆ ਦੁੱਧ ਬਈ ਇਹਦਾ ਇਹਦਾ ਪਹਿਲਣ ਦਾ ਹੀ 30 ਕਿਲੋ ਦਾ ਰਿਕਾਰਡ ਆ ਗਾ 30 ਕਿਲੋ ਦਾ ਰਿਕਾਰਡ ਚੋਲੀ ਚੋਲੀ ਬਹੁਤ ਚੰਗੀ ਹੈਗੀ 12 ਦਿਨਾਂ ਤਿਆਰ ਬਹੁਤ ਹੋਣਾ ਵੈੜ ਨੇ ਆਰਡਰ ਕਰਮ ਵਾਲੀ ਨੇ ਸੋਹਣਾ ਤਿਆਰ ਕਰਨਾ ਥਣ ਥਣ ਬਹੁਤ ਫਾੜੀ ਵਾਲਾ ਆਰਡਰ ਹੈਗਾ ਹਾਂ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਵੱਡੇ ਕੱਦ ਕਾਠ ਦੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸਟੋਰਾ ਸੀ ਐ ਮੰਨ ਕੇ ਚੱਲ ਡਾਕਟਰ 34-35 ਕਿਲੋ ਨੂੰ ਹੱਥ ਲਾ ਜੂਗੀ ਵੈੜ ਠੀਕ ਆ ਬਾਈ ਹਾਂ ਚੰਗੀ ਬਹੁਤ ਆ ਚੜਾਈ ਚੜੂਈ ਵੈੜ ਦੀ ਬਹੁਤ ਆ ਪ੍ਰਿੰਟ ਬਹੁਤ ਆ ਵੈੜ ਦਾ ਹੜਨੀ ਖੁੜਨੀ ਬਹੁਤ ਚੰਗੀ ਆ ਬਾਈ ਬਾਕੀ ਦੰਦਾਂ 'ਚ ਵੈੜ ਹਜੇ ਬਾਈ 6 ਦੰਦ ਵੀਰੇ ਰੀਜਨਲ ਹਾਂ ਮੜੀ ਤੋਰ ਦੇ ਬਾਈ ਤਰਵਿੰਦਰ ਫੇਸ ਫੂਸ ਬਹੁਤ ਚੰਗਾ ਬੋਦੀ ਬੋਦੀ ਬਹੁਤ ਚੰਗੀ ਆ ਚੰਗੀ ਆ ਬਾਈ ਵੈੜ ਕੁੱਲ ਮਿਲਾ ਕੇ ਦੁੱਧ ਚੰਗਾ ਪਉ ਦੇਣ ਹਜੇ ਬਈ ਲੈਂਦੀ ਆ ਉਦੋਂ ਆਰਡਰ ਦੀ ਕੁਆਲਿਟੀ ਕਰਮ ਵਾਲੀ ਨੇ ਵਾਹ ਕਮਾਲ ਦੀ ਤਿਆਰ ਕਰਨੀ ਆ ਥਾਣ ਹਵਾਨੇ ਦੀ ਚੰਗੀ ਆ ਬਈ ਇਹਦਾ ਮੁੱਲ ਬਈ ਇਹਦਾ ਮੁੱਲ ਡਾਕਟਰ ਫੋਨ ਤੇ ਹੋਊਗਾ ਜਾਇਜ਼ ਹੀ ਹੋਊਗਾ ਮੁੱਲ ਜਾਇਜ਼ ਹੋਊ ਠੀਕ ਆ ਬਈ ਅੱਗੇ ਬਈ ਲਾਸਟ ਤੇ ਨਗੀਨਾ ਬਈ ਕਿਹੜਾ ਸੂਆ ਸੁਣਦੀ ਆ ਵੀਰੇ ਇਹ ਡਾਕਟਰ ਵੀ 6 ਦਾ ਅੰਦਰ ਰਹਿ ਜਨਲਾ ਦੰਦੋ ਹਾਂ ਦੂਜਾ ਸੂਆ ਸੁਣਦੀ ਹੈਗੀ ਵੈੜ ਦੂਜਾ ਹਾਂ ਕਿੰਨੇ ਕਿ ਦਿਨ ਲੈਂਦੀ ਆ ਬਈ ਓਕੇ ਏਰੀਆ ਦੀ ਵੈੜ ਹੈਗੀ ਫਾਰਮ ਦੀ ਵੈੜ ਹੈਗੀ ਹਾਂ ਅਬਾ ਮੰਨ ਲਾ ਵੀ ਸਾਰਾ ਰਿਕਾਰਡ ਬਾਇਓਡਾਟਾ ਜਿੰਨਾ ਹੋਊਗਾ ਵੈੜ ਦਾ ਉਹ ਦੇ ਦੇਾਂਗੇ ਜੀ ਠੀਕ ਹੈ ਬਾਈ ਇੱਕ ਮਹੀਨਾ ਦਾ ਪੈਂਡਿੰਗ ਹੈ ਜੀ ਬਾਕੀ ਪਿਆ ਜਿਹੜਾ ਠੀਕ ਹੈ ਬਾਈ ਹਾਂਜੀ ਕੀ ਰਿਕਾਰਡ ਹੈ ਦੁੱਧ ਦਾ ਇਹਦਾ ਵੀਰੇ 34-35 ਕਿਲੋ ਦਾ ਜੀ ਪਲੂਣ ਦਾ ਠੀਕ 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 ਬਾਕੀ ਸੀਲ ਠੰਡੀ ਦਾ ਤਾਂ ਕੋਈ ਅੰਤ ਨਹੀਂ ਲੈ ਬਾਈ ਜਿਵੇਂ ਮਰਜ਼ੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂਗਾ ਬਾਕੀ ਝੋਲਾ ਦਾ ਚੌੜਾ ਬਹੁਤ ਆ ਪਹਿਲਾਂ ਅੱਗੇ ਤੋਂ ਥਾਣ ਦਿਖਾਈਏ ਲੈ ਚਾਰੇ ਇੱਕੋ ਜਿਹੇ ਔਰ ਪੂਰੀ ਵਿੱਚੀ ਤੇ ਅਗਲਾ ਦੀ ਥਾਣ ਬਾਕੀ ਸੀਲ ਠੰਡੀ ਬਹੁਤ ਆ ਜੀ ਵੈੜ ਹਾਂ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹਿ ਲੈ ਬਾਈ ਮੌਏ ਨਾਲ ਬਹਿ ਗਿਆ ਕੋਈ ਚੱਕਰ ਹੀ ਨਹੀਂ ਮੰਨਦੀ ਮੌਏ ਨਾਲ ਖੜੀ ਢੱਲਾਂ ਦਿਖਾ ਪਈ ਹੁਣ ਆ ਲੈ ਬਾਈ ਆ ਸਾਰੀਆਂ ਬਲਡ ਲਾਂ ਕੱਢ ਕੇ ਕਰਮ ਵਾਲੀ ਨੇ ਫੇਰ ਬਾਕੀ ਚੌੜਾ ਬਹੁਤ ਆ ਲੇਵਾ ਤਾਂ ਹਾਂ ਲੇਵਾ ਲੂਗਾ ਬਹੁਤ ਬਣਾਉ ਕੇ ਕੱਚੀ ਆ ਨਾ ਬਾਈ ਕੱਚੀ ਕੱਚੀ ਆ ਬਾਕੀ ਸਟਰਕਚਰ ਤੇ ਪਲੀ ਵੀ ਬਹੁਤ ਆ ਡਾਕਟਰ ਠੀਕ ਆ ਬਾਈ ਲਿਆ ਉਰੇ ਨੂੰ ਬਾਈ ਤੋਰ ਦੇ ਮਾੜੀ ਦਰਵਿੰਦਰ ਲੰਮੀ ਤੋਰ ਦੇ ਬੈਡ ਚੰਗੀ ਬਹੁਤ ਆ ਬੈਡ ਦੇਖ ਲਾ ਬਾਈ ਮੈਂ ਕਹਿੰਦਾ ਐਸ ਕੇ ਡਾਕਟਰ 40
ਟਰਾਲੇ ਜਿੱਡੀ ਵਾੜ ਆ ਬਾਈ ਤਰਮਿੰਦਰ ਹਨਾ ਕਮਾਲ ਦੀ ਆ ਵਾੜ ਤੋਰਾ ਤੋਰਾ ਕਰਮ ਵਾਲੀ ਦਾ ਬਹੁਤ ਚੰਗਾ ਪਿੱਠ ਪੁੜਾ ਬਹੁਤ ਚੰਗਾ ਢਾਂਚਾ ਪ੍ਰਿੰਟ ਪ੍ਰੁੰਟ ਕਿਸੇ ਪਾਸੇ ਬਾਈ ਕੋਈ ਘਾਟ ਨੀ ਕੱਚੀ ਕੱਚੀ ਜ਼ਰੂਰ ਆ ਬਾਈ ਕੱਚੀ ਦਾ ਮੁੱਲ ਕੀ ਆ ਹੁਣ ਪਰ ਹੁਣ ਕੱਚੀ ਦਾ ਮੁੱਲ ਘੱਟ ਹੋਊਗਾ ਬਈ ਕੱਚੀ ਦਾ ਮੁੱਲ ਘੱਟ ਹੋਊ ਡਾਕਟਰ ਤੈਨੂੰ ਪਤਾ ਫਿਰ ਤਿਆਰ ਹੋਈ ਵਹਿੜ ਤਾਂ ਇਹ ਜੀ ਡੇਢ ਤੋਂ ਪੌਣੇ ਦੋ ਦੇ ਘਰਾਂ ਦੇ ਵਿੱਚ ਮੈਂ ਕਹਿੰਦਾ ਜਾਊਗੀ ਬਈ ਆਰਾਮ ਨਾਲ ਚੰਗੀ ਆ ਵਹਿੜ ਸੁਨੱਖੀ ਆ ਪ੍ਰਿੰਟ ਪ੍ਰੁੰਟ ਬਹੁਤ ਚੰਗਾ ਵਹਿੜ ਆ ਵੀ ਚੰਗੀ ਆ ਬਈ ਲੇਵਾ ਲੂਗਾ ਬਹੁਤ ਕੱਢਦੀ ਆਉਂਦੀ ਆ ਦਿਨ ਹਜੇ ਲੈਂਦੀ ਆ ਆਰਡਰ ਸੋਹਣਾ ਤਿਆਰ ਕਰੂਗੀ ਆਹ ਗੱਬਣ ਬੱਚੀਆਂ ਨੇ ਇਹ ਵੀ ਚੰਗੀਆਂ ਨੇ ਬਈ ਤੇ ਆਹ ਸਹਿਰ ਬੱਚੀ ਬਹੁਤ ਚੰਗੀ ਆ ਪੱਠੂ ਬੜਾ ਗੋਲ ਗੋਲ ਆ ਬਈ ਤੇ ਹੀਪਰ ਆਹ ਤਾਂ ਚੰਗੀ ਹੈਗੀ ਹੋਈ ਹੈਗੀ ਆ ਬਈ ਉਹਦਾ ਬਾਈ ਨੇ ਕਿਹਾ ਕਹਿੰਦਾ ਉਹੀ ਫੋਨ ਲਾਵੇ ਭਰਾ ਜੀ ਨੇ ਚੰਗੇ ਰੁਪਈਏ ਲਾਉਣੇ ਆ ਫੇਰ ਹੀ ਬਾਈ ਕਹਿੰਦਾ ਆਪਾਂ ਦੇਵਾਂਗੇ ਨਹੀਂ ਕਹਿੰਦਾ ਕੋਈ ਚੱਕਰ ਨਹੀਂ ਘਰੇ ਵੀ ਰੱਖ ਲਾਂਗੇ ਬੱਚੀ ਆ ਵੀ ਚੰਗੀ ਆ ਬਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਦਿਲੋਂ ਧੰਨਵਾਦ ਜੀ।